ਦਾ ਵਿਆਹ ਹੋਇਆ ਹੈ ਜੀ। ਇਹ ਬੇਟੀ ਕਾਫੀ ਲੌਂਗ ਟਾਈਮ ਤੋਂ ਮੜੀਆਂ ਵਿੱਚ ਰਹਿੰਦੇ ਸੀ ਜੀ, ਦਾਦੀ ਪੋਤੇ ਅਤੇ ਦਾਦਾ ਰਹਿੰਦਾ ਸੀ ਜੀ। ਇਹ ਜਿਸ ਉਸੇ ਕੁੜੀ ਦਾ ਸੀ ਵਿਆਹ ਜਿਹੜਾ ਅਸੀਂ ਸਾਰੇ ਮਹੱਲਾ ਇਲਾਕਾ ਨਿਵਾਸੀਆਂ ਦੀ ਸੰਯੋਗ ਨਾਲ ਕੀਤਾ ਹੈ ਜੀ। ਸਟਾਰਟਿੰਗ ਤੋਂ ਲੈ ਕੇ ਜਦੋਂ ਅਸੀਂ ਵੇਖ ਰਹੇ ਸੀ, ਜਦੋਂ ਬਰਾਤ ਆਈ ਆ ਤਾਂ ਸਿੱਧੀ ਲਾੜੀ ਦੀ ਗੱਡੀ ਵੀ ਅੰਦਰ ਹੀ ਆਈ ਹੈ ਜੀ, ਸ਼ਮਸ਼ਾਨ ਘਾਟ ਦੇ ਸਭ ਕੁਛ ਪਰੇ ਰੱਖ ਕੇ ਅੱਜ ਉਹ ਕੁੜੀ ਨੂੰ ਉੱਥੋਂ ਲੈ ਕੇ ਗਏ ਨੇ। ਇਹ ਵਿਆਹ ਸਾਡਾ ਸਰ ਇੱਕ ਇਹੋ ਜਿਹੀ ਮਤਲਬ ਕਿ ਇੱਕ ਗੱਲ ਬੜੀ ਖਾਸੀਅਤ ਹੈਗੀ ਹੈ ਕਿ ਇਹ ਜਿਹੜੀ ਸ਼ਾਦੀ ਅੱਜ ਕੀਤੀ ਗਈ ਬੇਟੀ ਦੀ, ਇਹ ਇੱਕ ਸ਼ਮਸ਼ਾਨ ਘਾਟ ਦੇ ਕੀਤੀ ਗਈ ਹੈ। ਲੁਧਿਆਣਾ ਟਾਈਮਸ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਹਰਸ਼ਕੌਰ। ਅਜਿਹੀਆਂ ਬਹੁਤ ਤਸਵੀਰਾਂ ਦੇਖੀਆਂ ਹੋਣਗੀਆਂ ਜਿਵੇਂ ਰਾਜੇ ਮਹਾਰਾਜਿਆਂ ਵਾਂਗੂ ਪੈਲਸਾਂ ਦੇ ਵਿੱਚ ਵਿਆਹ ਕਰਵਾਇਆ ਜਾਂਦਾ ਹੈ, ਤੇ ਪਰ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈ ਹੈ ਜਿੱਥੇ ਅਨੋਖਾ ਵਿਆਹ ਕੀਤਾ ਗਿਆ ਹੈ, ਜਿੱਥੇ ਬਾਰਾਤ ਪੈਲਸ ਦੇ ਵਿੱਚ ਪਹੁੰਚਦੀ ਹੈ। ਉੱਥੇ ਹੀ ਅੰਮ੍ਰਿਤਸਰ ਤੋਂ ਤਸਵੀਰਾਂ ਸਾਹਮਣੇ ਆਈ ਹੈ ਜਿੱਥੇ ਬਾਰਾਤ ਸ਼ਮਸ਼ਾਨ ਘਾਟ ਦੇ ਵਿੱਚ ਪਹੁੰਚਿਆ। ਉੱਥੇ ਹੀ ਗੱਲ ਕੀਤੀ ਜਾਵੇ ਤਾਂ ਪੂਰਾ ਮਾਮਲਾ ਦੱਸ ਦਿੰਦੇ ਹਾਂ ਕਿ ਬਹੁਤ ਗਰੀਬ ਪਰਿਵਾਰ ਹੈ, ਜਿਸ ਕੁੜੀ ਦਾ ਵਿਆਹ ਹੁੰਦਾ ਉੱਥੇ ਹੀ ਇਹ ਜਿਹੜਾ ਘਰ ਹੈ ਸ਼ਮਸ਼ਾਨ ਘਾਟ ਦੇ ਅੰਦਰ ਹੀ ਹੁੰਦਾ ਹੈ। ਪਰ ਦੱਸ ਦਈਏ ਕਿ ਇਸ ਕੁੜੀ ਦਾ ਵਿਆਹ ਜਿਹੜਾ ਕਿ NGO ਵੱਲੋਂ ਕੀਤਾ ਗਿਆ, ਕਾਫੀ ਗਰੀਬ ਹੁੰਦੇ ਆ ਸ਼ਮਸ਼ਾਨ ਘਾਟ ਦੇ ਘਰ ਹੀ ਜਿਹੜਾ ਕਿ ਅੰਦਰ ਹੀ ਹੈ, ਜਿਸ ਤੋਂ ਬਾਅਦ ਵਿਆਹ ਜਿਹੜਾ ਕਿ ਸਮਾਜ ਸੇਵੀ ਵੱਲੋਂ ਕਰਵਾਇਆ ਜਾਂਦਾ ਹੈ, ਅਤੇ ਉੱਥੇ ਹੀ ਜਿਹੜਾ ਵਿਆਹ ਸ਼ਮਸ਼ਾਨ ਘਾਟ ਦੇ ਅੰਦਰ ਬਰਾਤ ਪਹੁੰਚਦੀ ਹੈ, ਰੋਟੀ ਜਿਹੜੀ ਹੈ ਬਰਾਤੀਆਂ ਨੂੰ ਉਸ ਸ਼ਮਸ਼ਾਨ ਘਾਟ ਦੇ ਅੰਦਰ ਖਵਾਈ ਜਾਂਦੀ ਹੈ। ਗੱਲ ਕੀਤੀ ਜਾਵੇ ਤਾਂ ਕਰੋੜਾਂ ਪੈਸਾ ਲਗਾ ਕੇ ਕਿਸ ਤਰ੍ਹਾਂ ਜਿਹੜਾ ਕਿ ਵਿਆਹ ਪੈਲਸ ਦੇ ਵਿੱਚ ਕਰਵਾਇਆ ਜਾਂਦਾ ਹੈ, ਅਤੇ ਉੱਥੇ ਹੀ ਇਹ ਅਨੋਖਾ ਵਿਆਹ ਅੰਮ੍ਰਿਤਸਰ 'ਚ ਹੈ, ਜਿੱਥੇ ਕਿ ਬਰਾਤੀ ਸ਼ਮਸ਼ਾਨ ਘਾਟ ਦੇ ਵਿੱਚ ਬਰਾਤ ਲੈ ਕੇ ਪਹੁੰਚਦੇ ਨੇ ਅਤੇ ਖਾਣਾ ਵੀ ਉੱਥੇ ਹੀ ਖਾਂਦੇ ਨੇ, ਅਤੇ ਉਸ ਤੋਂ ਬਾਅਦ ਇਸ ਕੁੜੀ ਦੀ ਵਿਦਾਈ ਵੀ ਇਸੇ ਸ਼ਮਸ਼ਾਨ ਘਾਟ ਤੋਂ ਹੁੰਦੀ ਆ। ਬੜੀ ਅਨੋਖੀ ਹੀ ਤਸਵੀਰ ਆ, ਬੜਾ ਅਨੋਖਾ ਹੀ ਵਿਆਹ ਜਿਹੜਾ ਕਿ ਇਹ ਸਾਹਮਣੇ ਆਇਆ, ਕਿਸ ਤਰ੍ਹਾਂ ਇੱਕ ਗਰੀਬ ਪਰਿਵਾਰ ਜਿਹੜਾ ਕਿ ਆਪਣੀ ਕੁੜੀ ਦਾ ਵਿਆਹ ਕਰਵਾਉਂਦਾ ਹੈ, ਉਹ ਵੀ ਕਿਸ ਤਰ੍ਹਾਂ ਪੈਸਾ ਨਹੀਂ ਹੁੰਦਾ ਅਤੇ ਆਪਣਾ ਜਿਹੜੇ ਕਿ ਕੁੜੀ ਦਾ ਵਿਆਹ ਸ਼ਮਸ਼ਾਨ ਘਾਟ ਜਿੱਥੇ ਘਰ ਹੈ ਉੱਥੇ ਬਾਰਾਤ ਪਹੁੰਚ ਜਾਂਦੀ ਹੈ, ਉੱਥੇ ਬਾਰਾਤ ਖਾਣਾ ਖਾਂਦੇ ਅਤੇ ਵਿਦਾਈ ਵੀ ਉਸੇ ਸ਼ਮਸ਼ਾਨ ਘਾਟ ਤੋਂ ਹੁੰਦੀ ਆ। ਉਹ ਤਸਵੀਰ ਨਾ ਤੁਸੀਂ ਆਪ ਦੇਖੋ। ਜਗਾਲ ਪ੍ਰਕਾਸ਼ ਕੌਰ, ਮੇਰੇ ਮੱਲੇ ਵਾਲੇ ਬੜਾ ਸਾਥ ਦਿੱਤਾ, ਮੇਰੀ ਧੀ ਆਪਣੇ ਘਰ ਚਲੀ ਗਈ, ਮੈਨੂੰ ਕੁਛ ਨਹੀਂ ਚਾਹੀਦਾ, ਮੈਨੂੰ ਬਸ ਆਪਣਾ ਮੱਲੇ ਵਾਲੇ ਦਾ ਪਿਆਰ ਭਰਾਵਾਂ ਦਾ ਪਿਆਰ ਚਾਹੀਦਾ। ਮੇਰਾ ਨਾਮ ਮਨਦੀਪ ਸਿੰਘ ਹੈ ਜੀ, ਅਤੇ ਜਿਹੜੀ ਅੱਜ ਬੇਟੀ ਦਾ ਵਿਆਹ ਹੋਇਆ ਹੈ ਜੀ। ਇਹ ਬੇਟੀ ਕਾਫੀ ਲੌਂਗ ਟਾਈਮ ਤੋਂ ਮੜੀਆਂ ਵਿੱਚ ਰਹਿੰਦੇ ਸੀ ਜੀ, ਦਾਦੀ ਪੋਤੇ ਅਤੇ ਦਾਦਾ ਰਹਿੰਦਾ ਸੀ ਜੀ। ਥੋੜ੍ਹੇ ਟਾਈਮ ਪਹਿਲੇ ਇਹਨਾਂ ਦਾਦਾ ਜੀ ਦੀ ਡੈਥ ਹੋ ਗਈ ਸੀ, ਦਾਦੀ ਅਤੇ ਪੋਤੀ ਰਹਿ ਗਈ ਸੀ ਜੀ। ਇਹ ਜਿਹੜੀ ਮੜੀਆਂ ਨੇ ਇਹ ਬਿੱਲੇ ਵਾਲੇ ਚੌਂਕ ਮੋਹਕਮਪੁਰੇ ਮੜੀਆਂ ਨੇ ਸਾਡੀਆਂ, ਅਤੇ ਪਰਿਵਾਰ ਕਾਫੀ ਟਾਈਮ ਤੋਂ ਉੱਥੇ ਰਹਿੰਦੇ, ਗਰੀਬ ਪਰਿਵਾਰ ਆ ਜੀ। ਅਤੇ ਜਿਸ ਉਸੇ ਕੁੜੀ ਦਾ ਅਸੀਂ ਵਿਆਹ ਜਿਹੜਾ ਅਸੀਂ ਸਾਰੇ ਮਹੱਲਾ ਇਲਾਕਾ ਨਿਵਾਸੀਆਂ ਦੀ ਸੰਯੋਗ ਨਾਲ ਕੀਤਾ ਹੈ ਜੀ। ਅਸੀਂ ਸਟਾਰਟਿੰਗ ਤੋਂ ਲੈ ਕੇ ਜਦੋਂ ਅਸੀਂ ਵੇਖ ਰਹੇ ਸੀ, ਜਦੋਂ ਬਰਾਤ ਆਈ ਆ ਤਾਂ ਸਿੱਧੀ ਲਾੜੀ ਦੀ ਗੱਡੀ ਵੀ ਅੰਦਰ ਹੀ ਆਈ ਹੈ ਜੀ, ਸ਼ਮਸ਼ਾਨ ਘਾਟ ਦੇ ਸਭ ਕੁਛ ਪਰੇ ਰੱਖ ਕੇ ਅੱਜ ਉਹ ਕੁੜੀ ਨੂੰ ਉੱਥੋਂ ਲੈ ਕੇ ਗਏ ਨੇ, ਇਹਨਾਂ ਨੇ ਸਾਰਾ ਕੁਛ ਹੀ ਸਾਈਡ 'ਤੇ ਰੱਖ ਦਿੱਤਾ। ਅਸੀਂ ਲੋਕਾਂ ਨੂੰ ਵੀ ਇਹੀ ਕਹਾਂਗੇ ਜੀ, ਸ਼ਮਸ਼ਾਨ ਘਾਟ ਤੋਂ ਤੁਸੀਂ ਭੱਜਦੇ ਜੇ, ਪਰ ਇੱਥੋਂ ਅੱਜ ਅਸੀਂ ਆਪਾਂ ਇੱਕ ਡੋਲੀ ਵਿਦਾ ਕੀਤੀ ਆ ਜੀ, ਵੱਡੇ ਵੱਡੇ ਪੈਲਸਾਂ ਨੂੰ ਛੱਡ ਕੇ ਅੱਜ ਸ਼ਮਸ਼ਾਨ ਘਾਟ ਤੋਂ ਵੀ ਡੋਲੀ ਵਿਦਾ ਕੀਤੀ ਆ ਜੀ ਅਸੀਂ। ਦੇਖੋ ਜੀ, ਮੇਰਾ ਨਾਮ ਰਜੇਸ਼ ਕੁਮਾਰ ਹੈ ਜੀ। ਮੈਂ ਕਹਿੰਦਾ ਵੀ ਅੱਜ ਜੋ ਕੰਮ ਇੱਥੇ ਸ਼ਮਸ਼ਾਨ ਘਾਟ 'ਚ ਹੋਇਆ ਵਾ, ਕਦੀ ਪਹਿਲਾਂ ਵੇਖਣ ਨੂੰ ਨਹੀਂ ਮਿਲਿਆ। ਆਪਣਾ ਮੋਹਕਮਪੁਰਾ ਜੋੜਾ ਫਾਟਕ ਵਿਖੇ ਇੱਕ ਸ਼ਮਸ਼ਾਨ ਘਾਟ ਹੈ, ਜਿੱਥੇ ਇੱਕ ਦਾਦੀ ਪੋਤੀ ਰਹਿੰਦੇ ਸੀ। ਬਹੁਤ ਗਰੀਬ ਪਰਿਵਾਰ ਦੇ ਨੇ, ਕੋਈ ਕਮਾਈ ਦਾ ਸਾਧਨ ਨਹੀਂ ਹੈ, ਅਤੇ ਦਾਦੀ ਜੀ ਦੀ ਉਮਰ ਵੀ ਕਾਫੀ ਲੰਬੀ ਹੋ ਚੁੱਕੀ ਹੈ, ਬਹੁਤ ਵੱਡੇ ਉਮਰ ਦੇ ਨੇ। ਅਤੇ ਉਹ ਇਲਾਕਾ ਨਿਵਾਸੀਆਂ ਨੇ ਇੱਕ ਮਤਲਬ ਮੁੰਡਾ ਚੰਗਾ ਲੱਭ ਕੇ ਉਹਦਾ ਰਿਸ਼ਤਾ ਕੀਤਾ, ਅਤੇ ਅੱਜ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ, ਕੁਝ ਸਾਡੇ ਭਰਾ ਬੈਠੇ ਨੇ ਸਾਡੇ ਕੋਲ, ਉਹਨਾਂ ਦੇ ਸਹਿਯੋਗ ਦੇ ਨਾਲ ਅੱਜ ਉਸ ਬੇਟੀ ਦਾ ਵਿਆਹ ਕੀਤਾ ਗਿਆ ਹੈ। ਸਰ, ਇਹ ਜਿਹੜੀ ਬੇਟੀ ਦਾ ਅੱਜ ਵਿਆਹ ਹੋਇਆ ਜੀ, ਇਹ ਕਾਫੀ ਸਮੇਂ ਤੋਂ ਮਤਲਬ ਇੱਕ ਸ਼ਮਸ਼ਾਨ ਘਾਟ ਵਾ ਬਿੱਲੇ ਵਾਲਾ ਚੌਂਕ ਮੋਹਕਮਪੁਰਾ, ਜੋੜੇ ਫਾਟਕ ਤੋਂ ਅੱਗੇ ਆਓ ਅਤੇ ਬਿੱਲੇ ਵਾਲਾ ਚੌਂਕ ਮੋਹਕਮਪੁਰਾ ਇੱਕ ਪੜਦਾ, ਉੱਥੇ ਇਹ ਬਹੁਤ ਗਰੀਬ ਪਰਿਵਾਰ, ਇੱਕ ਦਾਦਾ ਦਾਦੀ ਅਤੇ ਉਹਨਾਂ ਦੀ ਪੋਤੀ ਕਾਫੀ ਸਮੇਂ ਦੇ ਉੱਥੇ ਰਹਿੰਦੇ ਆ ਰਹੇ ਨੇ। ਉਸ ਤੋਂ ਬਾਅਦ ਥੋੜ੍ਹੀ ਦੇਰ ਪਹਿਲਾਂ ਨੇ ਦਾਦਾ ਜੀ ਦੀ ਡੈਥ ਹੋ ਗਈ ਹੈ, ਅਤੇ ਦਾਦੀ ਦੇ ਪੋਤੀ ਰਹਿ ਗਏ, ਅਤੇ ਇਹਨਾਂ ਦਾ ਮਤਲਬ ਕੋਈ ਸਹਾਰਾ ਨਹੀਂ ਸੀ। ਅਤੇ ਅੱਜ ਸਾਡੇ ਮੁਹੱਲੇ ਵਾਲਿਆਂ ਨੇ ਸਾਰਿਆਂ ਨੇ ਇਕੱਤਰ ਹੋ ਕੇ, ਅਤੇ ਕੋਈ ਸਾਡੇ ਪ੍ਰਧਾਨਗੀਆਂ 'ਚ ਸਾਡੇ ਕੋਲ ਆ ਕੇ, ਅਤੇ ਉਹਨਾਂ ਨੇ ਸਾਰਿਆਂ ਨੇ ਮਿਲ ਕੇ ਇਕੱਤਰਿਤ ਹੋ ਕੇ, ਅਤੇ ਇੱਕ ਮਤਲਬ ਪਰਿਵਾਰ ਵਧੀਆ ਜਿਹਾ ਲੱਭਿਆ, ਅਤੇ ਉੱਥੋਂ ਇੱਕ ਲੜਕੇ ਨੂੰ ਪਸੰਦ ਕਰਕੇ ਇੱਕ ਲੜਕੀ ਦਾ ਅੱਜ ਸਰ ਵਿਆਹ ਰੱਖਿਆ ਗਿਆ ਇੱਥੇ। ਅਤੇ ਇਹ ਵਿਆਹ ਸਾਡਾ ਸਰ ਇੱਕ ਇਹੋ ਜਿਹੀ ਮਤਲਬ ਕਿ ਇੱਕ ਗੱਲ ਬੜੀ ਖਾਸੀਅਤ ਹੈਗੀ ਹੈ ਕਿ ਇਹ ਜਿਹੜੀ ਸ਼ਾਦੀ ਅੱਜ ਕੀਤੀ ਗਈ ਬੇਟੀ ਦੀ, ਇਹ ਇੱਕ ਸ਼ਮਸ਼ਾਨ ਘਾਟ ਦੇ ਕੀਤੀ ਗਈ ਹੈ, ਕਿਉਂਕਿ ਸ਼ਮਸ਼ਾਨ ਘਾਟ ਦੇ ਵਿੱਚ ਕੋਈ ਲੋਕ ਉਹਦੇ ਲਾਗੋਂ ਲੰਘਣਾ ਵੀ ਇੱਕ ਪਰੇਸ਼ਾਨ ਹੋ ਜਾਂਦੇ ਕਿ ਆਪਾਂ ਇੱਥੋਂ ਨਹੀਂ ਲੰਘਣਾ, ਇੱਥੋਂ ਜਾਣਾ ਨਹੀਂ, ਦੂਰ ਦੂਰ ਰਹਿੰਦੇ ਨੇ। ਪਰ ਅੱਜ ਇੱਕ ਸ਼ਮਸ਼ਾਨ ਘਾਟ ਦੇ 'ਚ ਇੱਕ ਦੁਨੀਆ ਨੂੰ ਇੱਕ ਸੰਦੇਸ਼ ਦਿੱਤਾ ਗਿਆ ਵਾ ਕਿ ਸ਼ਮਸ਼ਾਨ ਘਾਟ ਦੇ 'ਚ ਇੱਕ ਬੇਟੀ ਸ਼ਾਦੀ ਗਈ ਆ। ਸਭ ਤੋਂ ਵੱਡੀ ਗੱਲ, ਮੈਂ ਇੱਕ ਬੜਾ ਖੁਸ਼ ਹੋਇਆ ਕਿ ਜਦੋਂ ਉਸ ਲੜਕੇ ਦੀ ਬਰਾਤ ਇੱਥੇ ਆਈ, ਤਾਂ ਬਰਾਤ ਸਿੱਧੀ ਸ਼ਮਸ਼ਾਨ ਘਾਟ ਦੇ ਗੇਟ ਦੇ ਅੰਡਰ ਹੋ ਗਈ, ਅੰਦਰ ਆਈ ਸਿੱਧੀ, ਅਸੀਂ ਬੜੇ ਸਾਰੇ ਮੁਹੱਲੇ ਵਾਲੇ ਖੁਸ਼ ਹੋਏ ਕਿ ਉਹਨਾਂ ਨੇ ਮਤਲਬ ਕਿ ਦੁਨੀਆ ਨੂੰ ਪਰੇ
परे करके तो एक शमशान घाट के अपनी बरात को सीधा एंटर किया। तो बरात के बिल्कुल मतलब शमशान घाट के बिल्कुल इर्द गिर्द के जो महला निवासी ने सारे ने एकत्र होकर विआह को इस तरीके मतलब कि निभाया कि कोई पैलेस या कि भी संस्था वालों कुछ नहीं एडा तरीके विआह निभाया गया, किसी चीज़ की कमी पेशी नहीं की गई। अमृतसर तो जसकंत सिंह की रिपोर्ट द पब्लिक टाइम्स।